हल्का फतेहगढ़ चूड़िया का गांव छिट्ट, जिसकी पंचायत अकाली पार्टी की है। पंचायती जमीन की बोली होनी थी, पर पूर्व कांग्रेसी सरपंच हल्के के कैबिनेट मंत्री तृप्त राजेंद्र सिंह बाजवा का नाम लेकर धमकाते हुए पंचायत अफसरों को काम नहीं करने देता। पंचायत जमीन की बोली होनी थी, पर कांग्रेसी सरपंच अपनी मर्जी से बोली करवाना चाहता था। इसी रंजिश के चलते बेटे के साथ अकाली सरपंच के घर पर हमला कर रिवॉल्वर से गोली मारने ही वाला था कि उसकी बेटियों ने जान की परवाह किए बगैर कांग्रेसी सरपंच पर हमला कर उसकी जान बचाई और इसकी शिकायत पुलिस को दी। पुलिस ने कार्रवाई का भरोसा दिलाया है। हरजीत सिंह साहब का सरपंच साढ़े घर आ गए, मेरे पापा ने उन्हें साढ़े पापा से हमला किया, तो उन्हें पिस्तौल डाल लिया, फिर मेरे पापा गाड़ियों घबरा गए, साढ़े को रहा नहीं गया, असं भी वो लड़े, मतलब उन्होंने फड़िया, तो उन्होंने पिस्तौल वो खोया, बस अं कुछ तिने भैन ने वो पिस्तौल खोया। हाँ जी, कुटिया भी, फिर उन्होंने भजन का ना राह नहीं लगा, वो चप्पल भी इतने रह गई, पग भी इतने रह गई, तो जुत्तियां भी वो इतने रह गई, मुंडे दोवें प्यो पोत आए ही इतने ना ही कट्ठे बैठे ही, तो मेरा चाचा जी भी बैठे ही, तो वह ना हरजीत सिंह सरपंच आया, तो उन्होंने मेरे चाचे से हमला किया, तो फिर आप अपनी जान की परवाह नहीं की, तो फिर आप भी सारे पै गए, वह मुंडा भी सी पिस्तौल भी मारन लगा, तो असी गाड़ी हो गए, तो आप खोले अपनी जान की कुर्बानी देने करके मेनू बचा लिया, लेकिन जरा पिस्तौल हथो खो लिया, पिस्तौल भी खो लिया, पग भी इतने है, जुत्ती एक इतने है, पैर एक नाल लै गया भज के, ओ बेटे दी जो मेरे गल पे आ गए भी चप्पल इतने आ, ਜਾਂਦਾ ਜਾਂਦਾ ਫਿਰ ਉਹਨਾਂ ਨੇ ਜਦੋਂ ਇੱਥੇ ਜਦੋਂ ਇਹ ਸਾਰੇ ਅਸੀਂ ਪੈ ਗਏ ਤਾਂ ਬੜੀ ਮੁਸ਼ਕਲ ਨਾਲ ਉਹਨੇ ਭੱਜ ਕੇ ਜਾਨ ਆਪਣੀ ਬਚਾਈ ਤੁਹਾਡੇ ਕੋਲ। ਅਸੀਂ ਵੀ ਪੂਰੇ ਮੋਰ 'ਤੇ ਮਤਲਬ ਹਮਲਾ ਕਰਨ ਨੂੰ ਤਿਆਰ ਹੋ ਗਏ, ਜਦੋਂ ਦੋ ਤਿੰਨ ਵਾਰ ਉਹਨੇ ਬੋਲੀ ਸਾਡੀ ਪਹਿਲਾਂ ਵੀ ਕੈਂਸਲ ਕਰਾਤੀ ਆ, ਬਾਜਵਾ ਸਾਹਿਬ ਦਾ ਨਾਂ ਲੈ ਕੇ ਵੀਡੀਓ ਨੂੰ ਦਬਕਾ ਮਾਰ ਦਿੰਦਾ ਰਿਹਾ ਵਾ, ਅਤੇ ਵੀਡੀਓ ਸਾਹਿਬ ਕੈਂਸਲ ਕਰ ਦਿੰਦਾ ਰਿਹਾ ਵਾ। ਸਰਦਾਰ ਰਜਿੰਦਰ ਸਿੰਘ ਬਾਜਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੋ ਇਸ ਵੇਲੇ ਵਿਧਾਇਕ ਨੇ, ਉਹਨਾਂ ਦਾ ਨਾਂ ਲੈ ਕੇ ਵੀਡੀਓ ਸਾਹਿਬ ਨੂੰ ਕਹਿਤਾ ਵੀ ਬਾਜਵਾ ਸਾਹਿਬ ਨੇ ਕਿਹਾ ਮੈਂ ਆਪੇ ਬੋਲੀ ਕਰਾਉਣੀ ਜਦੋਂ ਮੈਂ ਮਰਜ਼ੀ ਕਰਾ ਲੂੰਗਾ। ਪੁਲਿਸ ਵੱਲੋਂ ਇਹ ਵਾ ਵੀ ਮੈਂ ਪਹਿਲੇ ਸਭ ਤੋਂ ਪਹਿਲਾਂ SHO ਸਾਹਿਬ ਨੂੰ ਖੁਦ ਮੈਂ ਫੋਨ ਲਾਇਆ ਵੀ SHO ਸਾਹਿਬ ਆਹ ਗੱਲ ਹੋ ਗਈ ਆ, ਪੁਲਿਸ ਨੇ ਇਹ ਭਰੋਸਾ ਦਿੱਤਾ ਵਾ ਵੀ ਤੁਸੀਂ ਸੱਚ ਸੱਚ ਦੱਸੋ ਸਾਨੂੰ, ਤਾਂ ਅਸੀਂ ਜੋ ਸੱਚਾਈ ਉਹੀ ਦੱਸੀ ਆ, ਅਸੀਂ ਹੁਣੇ ਜਾ ਕੇ ਪਰਚਾ ਕੱਟ ਦਿੰਦੇ ਹਾਂ, ਪਰਚਾ ਕੱਟ ਤੋਂ ਬਾਅਦ 'ਚ ਬੰਦੇ ਜਿਹੜੇ ਹੁਣੇ ਗ੍ਰਿਫਤਾਰ ਕਰਦੇ ਹਾਂ, ਲੇਕਿਨ ਅਸੀਂ ਕਹਿਣ ਡਏ ਹਾਂ ਵੀ ਇੱਥੇ ਜੋ ਸਾਡੀ ਕਾਰਵਾਈ ਪਾਓ, ਕਹਿੰਦੇ ਨਹੀਂ ਚੌਂਕੀ ਆਓ, ਚੌਂਕੀ ਆ ਕੇ ਉੱਥੇ ਤੁਸੀਂ ਆਪਣਾ ਬਿਆਨ ਲਿਆ ਖਾਓ, ਅਤੇ ਅਸੀਂ ਹੁਣੇ ਉਹਨਾਂ 'ਤੇ ਪਰਚਾ ਕੱਟ ਕੇ ਅਤੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਾਂ। ਪਿੰਡ ਸਿੱਥ 'ਚੋਂ ਮੈਨੂੰ ਫੋਨ ਗਿਆ ਸੀ ਵੀ ਇੱਥੇ ਮਤਲਬ ਲੜਾਈ ਝਗੜਾ ਹੋ ਰਿਹਾ, ਅਤੇ ਮੈਡਮ ਤੁਸੀਂ ਮੌਕੇ 'ਤੇ ਪਹੁੰਚੋ। 10 ਮਿੰਟ 'ਚ ਮੈਂ ਇੱਥੇ ਮੌਕੇ 'ਤੇ ਪਹੁੰਚ ਗਈ ਹਾਂ। ਸਰਪੰਚ ਬਲਵੰਤ ਸਿੰਘ ਨੇ ਕਿਹਾ ਵੀ ਮੇਰੇ ਘਰ ਜਿਹੜਾ ਸਾਬਕਾ ਸਰਪੰਚ ਕਾਂਗਰਸੀ ਆ ਉਹ ਹਰਜੀਤ ਸਿੰਘ ਆਇਆ ਵਾ, ਅਤੇ ਉਹਨੇ ਉਹਦੇ ਕੋਲੋਂ ਅਸੀਂ ਰਿਵਾਲਵਰ ਖੋਲਿਆ ਵਾ, ਅਤੇ ਉਹਨੇ ਲੜਾਈ ਝਗੜਾ ਕੀਤਾ ਵਾ। ਮੇਰੇ ਆਉਣ ਤੋਂ ਪਹਿਲਾਂ ਤਾਂ ਉਹ ਜਾ ਚੁੱਕਾ ਸੀਗਾ, ਅਤੇ ਮੈਂ ਆਣ ਕੇ ਸਥਿਤੀ ਦਾ ਜਾਇਜ਼ਾ ਲਿਆ, ਜੋ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਊਗੀ। ਹਾਂ, ਮੈਂ ਆਪਣੇ ਇਹਨਾਂ ਕੋਲ ਲੈ ਲਿਆ। ਉਸ ਤੋਂ ਇਲਾਵਾ ਕੋਈ ਗੋਲੀ ਚੱਲੀ ਉਹਦੇ 'ਚ? ਨਹੀਂ, ਕੋਈ ਨਹੀਂ ਚੱਲੀ, ਫਾਇਰ ਨਹੀਂ ਕੋਈ ਹੋਇਆ।